ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ, ਆਓ ਅੱਜ ਗੱਲ ਕਰਦੇ ਹਾਂ ਜੀ ਤੂੜੀ ਦੇ ਰੇਟਾਂ ਨੂੰ ਲੈ ਕੇ। ਪਹਿਲਾਂ ਹੀ ਆਪਾਂ ਵੀਡੀਓ ਪਾ ਕੇ ਤੂੜੀ ਦੇ ਰੇਟ ਅਪਡੇਟ ਕਰਦੇ ਰਹੀਦਾ ਵਾ, ਤਾਂ ਜੋ ਤੂੜੀ ਲੈਣ ਵਾਲਿਆਂ ਨੂੰ ਪਤਾ ਚੱਲ ਸਕੇ ਮਾਰਕੀਟ ਦੇ ਵਿੱਚ ਕੀ ਰੇਟ ਚੱਲ ਰਿਹਾ, ਖਰੀਦਣ ਵਾਲੇ ਜਾਂ ਲੈਣ ਵਾਲਿਆਂ ਨੂੰ ਆਸਾਨੀ ਹੋ ਸਕੇ। ਸੋ ਤੂੜੀ ਦੀ ਗੱਲ ਕਰੀਏ ਤਾਂ ਤੂੜੀ ਇਸ ਟਾਈਮ ਬਹੁਤ ਵਧੀਆ ਰੇਟ ਜਿਹੜਾ ਚੱਲ ਰਿਹਾ ਹੁਣ, ਪਰ ਜਦ ਝੋਨੇ ਦੀ ਕਟਾਈ ਅਤੇ ਬਾਸਮਤੀ ਦੀ ਕਟਾਈ ਹੋਣੀ ਆ ਉਦੋਂ ਜਿਹੜੀ ਝੋਨੇ ਜਿਹੜੀ ਆ ਤੂੜੀ ਦਾ ਰੇਟ ਡਾਊਨ ਆ ਸਕਦਾ, ਕਿਉਂਕਿ ਲੋਕ ਪਰਾਲੀ ਲੈਣ ਨਾਲ ਭੱਜਣਗੇ ਕਿਉਂਕਿ ਤੂੜੀ ਬਹੁਤ ਮਹਿੰਗੀ ਹੈ। ਅਤੇ ਆਓ ਗੱਲ ਕਰੀਏ ਤੂੜੀ ਦੇ ਰੇਟਾਂ ਦੀ। ਸਭ ਤੋਂ ਪਹਿਲਾਂ ਪੰਜਾਬ ਕਪੂਰਥਲਾ ਦੇ ਵਿੱਚ ਤੂੜੀ ਜਿਹੜੀ ਆ ਉਹ ਵਿਕੀ ਹੈ ਜੀ 750 ਰੁਪਏ ਜਿਹੜੀ ਤੂੜੀ ਜਿਹੜੀ ਆ ਵਿਕੀ ਆ। ਕਪੂਰਥਲਾ ਵਿੱਚ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ 810 ਰੁਪਏ ਤੂੜੀ ਦਾ ਰੇਟ ਰਿਹਾ, ਗੁਰਦਾਸਪੁਰ 815 ਰਿਹਾ ਜੀ, ਮੋਗਾ ਦੇ ਵਿੱਚ 830 ਰੁਪਇਆ ਰੇਟ ਰਿਹਾ, ਸਮਾਣਾ ਦੇ ਵਿੱਚ 800 ਰੁਪਇਆ ਰੇਟ ਰਿਹਾ, ਫਿਰੋਜ਼ਪੁਰ ਦੇ ਵਿੱਚ ਰਿਹਾ ਜੀ 710 ਰੁਪਏ, ਮੁਕਤਸਰ ਦੇ ਵਿੱਚ ਰੇਟ 740 ਰੁਪਇਆ ਰਿਹਾ ਜੀ, ਅਤੇ ਸੰਗਰੂਰ ਦੇ ਵਿੱਚ ਰੇਟ 860 ਰੁਪਏ ਰਿਹਾ। ਸੋ ਤਲਵੰਡੀ ਸਾਬੋ ਦੀ ਗੱਲ ਕਰੀਏ ਤਾਂ 750 ਦੇ ਕਰੀਬ ਜਿਹੜੀ ਤੂੜੀ ਵਿਕੀ ਆ, ਸਰਦੂਲਗੜ੍ਹ ਦੇ ਵਿੱਚ ਵੀ 790 ਰੁਪਏ ਤੂੜੀ ਦਾ ਰੇਟ ਰਿਹਾ ਜੀ, ਫਾਜ਼ਿਲਕਾ ਦੇ ਵਿੱਚ 720 ਰੁਪਇਆ ਜਿਹੜੀ ਤੂੜੀ ਉਹ ਵਿਕੀ ਆ। ਸੋ ਨਾਭਾ ਦੇ ਵਿੱਚ ਤੂੜੀ ਦਾ ਰੇਟ 820 ਰੁਪਏ ਰਿਹਾ। ਹਰਿਆਣੇ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ ਤੂੜੀ ਜਿਹੜੀ ਆ ਫਤਿਹਾਬਾਦ ਦੇ ਵਿੱਚ 820 ਰੁਪਏ ਜਿਹੜੀ ਤੂੜੀ ਵਿਕੀ ਆ, ਸਿਰਸਾ ਦੇ ਵਿੱਚ 800 ਰੁਪਇਆ ਰੇਟ ਰਿਹਾ। ਸੋ ਹਰਿਆਣੇ ਦੇ ਵਿੱਚ ਤੂੜੀ ਜੇ ਆਲ ਓਵਰ ਗੱਲ ਕਰੀਏ ਤਾਂ 800 ਤੋਂ ਲੈ ਕੇ 900 ਰੁਪਏ ਤੱਕ ਵਿਕ ਜਾਂਦੀ ਆ, ਅਤੇ ਪੰਜਾਬ ਓਵਰਆਲ ਗੱਲ ਕਰੀਏ ਤਾਂ ਤੂੜੀ 800 ਤੋਂ ਲੈ ਕੇ ਅਤੇ 850 ਰੁਪਏ ਜਿਹੜਾ ਰੇਟ ਤੂੜੀ ਦਾ ਉਹ ਚੱਲ ਰਿਹਾ। ਸੋ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੁਹਾਡੇ ਜਿਹੜੇ ਸ਼ਹਿਰ ਦੇ ਲਾਗੇ ਬੰਨੇ ਰੇਟ ਕੀ ਚੱਲ ਰਿਹਾ, ਤਾਂ ਜੋ ਲੈਣ ਜਾਂ ਵੇਚਣ ਵਾਲਿਆਂ ਨੂੰ ਆਸਾਨੀ ਹੋ ਸਕੇ। ਸੋ ਧੰਨਵਾਦ ਜੀ।